ਬਠਿੰਡਾ ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਪੱਤਰ ਮਿਲਿਆ ਹੈ। ਇਸ ਪੱਤਰ ਵਿੱਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨ ਪੱਖੀ ਸਰਗਰਮੀਆਂ ਬੰਦ ਕਰ ਦੇਵੇ, ਨਹੀਂ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਜਥੇਬੰਦੀਆਂ ਨੇ ਮਿਲ ਕੇ SSP ਨੂੰ ਧਮਕੀ ਭਰੇ ਪੱਤਰ ਦੀ ਜਾਣਕਾਰੀ ਦਿੱਤੀ। ਉਹਨਾਂ ਨਾਲ ਹੀ ਇਸ ਦੀ ਇਨਕੁਆਇਰੀ ਕਰਾਉਣ ਦਾ ਵੀ ਵਾਅਦਾ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਇਸ ਧਮਕੀ ਭਰੇ ਪੱਤਰ ਨੂੰ ਸ਼ੈਲਰ ਮਾਲਕ ਵੱਲੋਂ ਭੇਜਣ ਦਾ ਸ਼ੱਕ ਜਤਾਇਆ ਹੈ, ਜਿਸ ਨਾਲ ਜਥੇਬੰਦੀਆਂ ਕੁਝ ਦਿਨ ਪਹਿਲਾਂ ਕਿਸੇ ਜ਼ਮੀਨ ਦੇ ਮਾਮਲੇ ਵਿੱਚ ਆਹਮੋ ਸਾਹਮਣੇ ਹੋਏ ਸਨ। ਇਸ ਮੌਕੇ 'ਤੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਮੈਨੂੰ ਮੌਤ ਦਾ ਕੋਈ ਵੀ ਡਰ ਨਹੀਂ ਹੈ, ਮੈਂ ਇਸੇ ਤਰ੍ਹਾਂ ਕਿਸਾਨ ਪੱਖੀ ਸਰਗਰਮੀਆਂ ਜਾਰੀ ਰੱਖਾਂਗਾ। ਇਸ ਮੌਕੇ 'ਤੇ ਲੋਕ ਸੰਗਰਾਮ ਮੰਚ ਸਕੱਤਰ ਸੁਖਵਿੰਦਰ ਕੌਰ, ਕਿਸਾਨ ਆਗੂ ਸੁਰਜੀਤ ਸਿੰਘ ਨੇ ਕਿਹਾ। ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਇਸ ਲਈ ਕੀਤੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਕੂਲ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਅਸੀਂ ਇਹ ਸਮਝਦੇ ਹਾਂ ਕਿ ਇਸ ਵੇਲੇ ਕਿਸੇ ਵੀ ਧਿਰ ਨਾਲ ਕੋਈ ਜ਼ਿਆਦਾ ਸਾਡੀ ਐਡੀ ਕੰਟਰਡਿਕਸ਼ਨ ਤਿੱਖੀ ਨਹੀਂ ਸੀਗੀ, ਸਿਰਫ ਇੱਕੋ ਹੀ ਧਿਰ ਹੈਗੀ ਹੈ, ਜ਼ਮੀਨ ਦਾ ਮਸਲਾ ਹੈਗਾ ਸੀ ਉਸ ਸ਼ੈਲਰ ਮਾਲਕਾਂ ਦੇ ਨਾਲ, ਉਹਦੇ 'ਤੇ ਹੀ ਕਿਸਾਨ ਯੂਨੀਅਨ ਦਾ ਟਕਰਾਓ ਥੋੜ੍ਹਾ ਤਿੱਖਾ ਹੋਇਆ। ਅਤੇ ਸਾਨੂੰ ਲੱਗਦਾ ਕਿ ਇਸ ਧਮਕੀ ਦੀ ਜਿਹੜੀ ਤਾਰ ਆ ਉਹ ਉਸ ਨਾਲ ਜੁੜੀ ਹੋ ਸਕਦੀ ਹੈ। ਇਹਦੇ ਲਈ ਅੱਜ ਅਸੀਂ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਾਂ, ਸ਼ਿਕਾਇਤ ਵੀ ਦਿੱਤੀ ਹੈ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇਨਵੈਸਟੀਗੇਸ਼ਨ ਕਰਕੇ ਇਹਦੀ ਪੜਤਾਲ ਕਰਕੇ ਜ਼ਰੂਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਢੁਕਵੀਆਂ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਾਂਗੇ। ਇਹ ਹਲੇ ਕਿਉਂਕਿ ਚਿੱਠੀ ਦੇ ਉੱਤੇ ਕਿਸੇ ਦਾ ਨਾਮ ਨਹੀਂ ਹੈ ਭੇਜਣ ਵਾਲੇ ਦਾ, ਇਹ ਅਸੀਂ ਹਲੇ ਪੱਕਾ ਨਹੀਂ ਦੱਸ ਸਕਦੇ, ਤਾਂ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਬੋਲਿਆ ਜਾ ਸਕਦਾ ਕਿ ਐਕਚੁਅਲੀ ਸਹੀ ਮਾਨਿਆਂ 'ਚ ਕਿਹਨੇ ਇਹ ਧਮਕੀ ਭੇਜੀ ਹੈ। ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ। ਤੁਸੀਂ ਜਿਵੇਂ SSP ਨੂੰ ਦਿਖਾ ਦਿੱਤੀ ਹੈ ਵੀ ਇਹ, ਤੁਸੀਂ ਕਿਵੇਂ ਕਹਿ ਸਕਦੇ ਵੀ ਸੈਲਰ ਮਾਲਕ ਦੀ ਧਮਕੀ ਹੈ? ਅਸੀਂ ਇਸ ਕਰਕੇ ਇਹਨੂੰ ਤਾਰ ਜੁੜੇ ਸਮਝਦੇ ਹਾਂ ਕਿ ਕਿਸੇ ਵੀ ਹੋਰ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦਾ ਤਿੱਖਾ ਟਕਰਾਓ ਨਹੀਂ ਚੱਲ ਰਿਹਾ। ਅਤੇ ਦੂਜੀ ਗੱਲ ਇਹ ਹੈ ਕਿ ਕੁਛ ਤਰੀਕਾਂ ਦਾ ਵੀ ਮੇਲ ਬੈਠਦਾ ਹੈ, ਜੋ ਉਹਦੇ 'ਚ ਮੈਂਸ਼ਨ ਕੀਤੀਆਂ ਚੀਜ਼ਾਂ ਉਹ ਇਸ ਸੰਘਰਸ਼ ਨਾਲ ਹੀ ਮਿਲਦੀਆਂ ਨੇ। ਉਹ ਹਾਲੇ ਅਸੀਂ ਜ਼ਿਆਦਾ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਇਨਵੈਸਟੀਗੇਸ਼ਨ ਦੇ ਅੰਡਰ ਹੈ। ਅਤੇ ਮੈਂ 1980 ਤੋਂ ਲਗਾਤਾਰ ਜਿਹੜਾ ਜਨਤਕ ਸੰਘਰਸ਼ਾਂ ਦੇ ਵਿੱਚ ਕੁੱਲ ਵਕਤੀ ਤੌਰ 'ਤੇ ਮੈਂ ਆਪਣੀ ਸਾਰੀ ਲਾਈਫ ਲਾਈ ਹੈ, 40 ਸਾਲਾਂ ਦਾ ਮੇਰਾ ਸਮਝ ਲਓ ਵੀ ਸੰਘਰਸ਼ ਵਾਲਾ ਜੀਵਨ ਹੈ। ਕਿਸਾਨਾਂ ਦੇ ਜਾਂ ਦੱਬੇ ਕੁਚਲੇ ਜੋ ਤਬਕੇ ਹੈਗੇ ਆ ਉਹਨਾਂ ਦੇ ਹੱਕਾਂ ਹਿੱਤਾਂ ਦੀ ਖਾਤਰ, ਅਤੇ ਮੈਂ ਭਾਵੇਂ ਮੈਨੂੰ ਧਮਕੀ ਆਈ ਹੈ, ਜਾਨੋ ਮਾਰਨ ਦੀ ਧਮਕੀ ਆਈ ਹੈ ਜਿਹਦੇ 'ਚ ਉਹਨੇ ਤਰੀਕ ਵੀ ਬਾਉਂਡ ਕੀਤੀ ਹੈ ਵੀ ਜੇ ਜਨਵਰੀ ਤੱਕ ਤੂੰ ਆਪਦੀਆਂ ਸਰਗਰਮੀਆਂ ਬੰਦ ਨਾ ਕੀਤੀਆਂ ਤਾਂ ਤੈਨੂੰ ਜਾਨ ਤੋਂ ਹੱਥ ਧੋਣੇ ਪੈਣਗੇ। ਤੇਰੇ 'ਚ ਸ਼ਬਦ ਵੀ ਉਹਨਾਂ ਨੇ ਐਂ ਵਰਤੇ ਆ ਵੀ ਪਿੱਤਲ ਭਰ ਦਿਆਂਗੇ। ਅਤੇ ਇਸ ਕਰਕੇ ਮੈਂ ਕਹਿੰਦਾ ਵੀ ਮੈਂ ਜੋ ਆਪਦਾ ਜਿਹੜਾ ਮਿਸ਼ਨ ਹੈ ਜਿਹਦੇ ਖਾਤਰ ਮੈਂ ਆਪਣੇ 40 ਸਾਲ ਲਾਏ ਹੈ, ਬਾਕੀ ਵੀ ਜਿਹੜੇ ਹੈਗੇ ਜਿੰਨੇ ਵੀ ਮੈਨੂੰ ਜ਼ਿੰਦਗੀ ਦੇ ਟਾਈਮ ਮਿਲੇ ਮੈਂ ਆਪਣਾ ਉਸੇ ਸੰਘਰਸ਼ ਦੇ ਵਿੱਚ ਲਾਊਂਗਾ। ਮੈਂ ਇਸ ਧਮਕੀ ਤੋਂ ਡਰ ਕੇ, ਆਪਣੀ ਜਾਨ ਦੇ ਤੋਂ ਖਤਰੇ ਤੋਂ ਡਰ ਕੇ ਮੈਂ ਕੋਈ ਸੰਘਰਸ਼ ਨਹੀਂ ਬੰਦ ਕਰੂੰਗਾ। ਮੈਂ ਉਹ ਕਿਸਾਨਾਂ ਦੇ ਸੰਘਰਸ਼ਾਂ ਦੀ ਖਾਤਰ ਆਪਣਾ ਜਿਹੜੀ ਜੀਵਨ ਹੈ ਉਵੇਂ ਲਾਉਂਦਾ ਰਹੂੰਗਾ। ਅਤੇ ਮੈਨੂੰ ਉਮੀਦ ਹੈ ਵੀ ਜੇ ਮੈਨੂੰ ਮਾਰ ਵੀ ਦਿੱਤਾ, ਜਿਨ੍ਹਾਂ ਦੇ ਵਿਰੁੱਧ ਅਸੀਂ ਕਿਸਾਨਾਂ ਦੀ ਖਾਤਰ ਲੜੇ ਹੈ, ਤਾਂ ਉਹ ਕਿਸਾਨ ਹੈ ਜ਼ਰੂਰ ਉਹਦਾ ਜਿਹੜਾ ਇਨਸਾਫ ਹੈ ਉਹ ਲੈਣਗੇ। ਉਹ ਮੈਨੂੰ ਕਿਸਾਨਾਂ 'ਤੇ ਪੂਰੀ ਉਮੀਦ ਹੈ ਅਤੇ ਮੈਂ ਆਪਣਾ ਜਿਹੜਾ ਆਪਣਾ ਮਿਸ਼ਨ ਹੈ ਜਿਹੜਾ ਉਹ ਤੋਂ ਪਿੱਛੇ ਨਹੀਂ ਹਟੂੰਗਾ।